ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਜਲਾਲਾਬਾਦ ਤੋਂ ਖਾਸ ਖਬਰ। ਹਲਕਾ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਚੱਕ ਪੰਜੇਕੇ ਗੁਰਦੁਆਰਾ ਸਾਹਿਬ ਅੰਦਰ ਲੋਹੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਕੁਝ ਬੱਚਿਆਂ ਵੱਲੋਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ 'ਚ ਸ਼ਰਾਰਤਾਂ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਲੈ ਕੇ ਹੁਣ ਉਕਤ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਵੱਲੋਂ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੀ ਗਈ ਹੈ। ਹਲਕਾ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਚੱਕ ਪੰਜੇ ਦੇ ਗੁਰਦੁਆਰਾ ਸਾਹਿਬ ਅੰਦਰ ਲੋਹੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਹੋਇਆ ਸੀ, ਜਿਸ ਦੌਰਾਨ ਪਿੰਡ ਦੇ ਕੁਝ ਬੱਚਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਗਲਤ ਹਰਕਤਾਂ ਕੀਤੀਆਂ, ਜਿਸ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਅਤੇ ਸਿੱਖ ਸੰਗਤਾਂ 'ਚ ਇਸ ਨੂੰ ਲੈ ਕੇ ਭਾਰੀ ਰੋਸ ਸੀ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਿੱਖ ਜਥੇਬੰਦੀਆਂ ਦੇ ਧਿਆਨ 'ਚ ਵੀ ਲਿਆਂਦਾ ਗਿਆ। ਇਸ ਦੇ ਮੱਦੇਨਜ਼ਰ ਅੱਜ ਪਿੰਡ ਚੱਕ ਪੰਜੇਕੇ ਦੇ ਗੁਰਦੁਆਰਾ ਸਾਹਿਬ ਅੰਦਰ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪੁੱਜੇ ਅਤੇ ਪਿੰਡ ਦੀ ਪੰਚਾਇਤ ਦੇ ਨਾਲ ਉਪਰੋਕਤ ਬੱਚੇ ਸਣੇ ਉਹਨਾਂ ਦੇ ਮਾਪਿਆਂ ਨੇ ਸਿੱਖ ਆਗੂਆਂ ਦੇ ਸਾਹਮਣੇ ਗੁਰੂ ਘਰ ਦੀ ਹਜ਼ੂਰੀ 'ਚ ਆਪਣਾ ਮੁਆਫ਼ੀਨਾਮਾ ਸਿੱਖ ਆਗੂਆਂ ਨੂੰ ਪੇਸ਼ ਕੀਤਾ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਰਖਾਇਆ ਸੀ, ਜਿਸ ਦੀ ਗੱਲ ਸੇਵਾ ਕਰਦਿਆਂ ਬੱਚਿਆਂ ਕੋਲ ਜੋ ਇਹਨਾਂ ਬੱਚਿਆਂ ਕੋਲ ਫੁੱਲ ਹੋਈ ਹੈ, ਉਸ ਦੀ ਫੁੱਲ ਲਈ ਸਾਰਾ ਪਿੰਡ ਸਾਰਾ ਨਗਰ ਹਜ਼ੂਰ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਤੋਂ ਮਾਫ਼ੀ ਮੰਗਦੇ ਹਾਂ। ਸਾਰੀ ਜਥੇਬੰਦੀਆਂ ਵੀ ਇਹਨਾਂ ਬੱਚਿਆਂ ਨੂੰ ਦਾਨ ਜਾਂ ਅਣਜਾਣ ਸਮਝ ਕੇ ਮਾਫ਼ ਕੀਤਾ ਜਾਵੇ, ਅੱਗੇ ਤੋਂ ਇਹ ਬੱਚੇ ਵਧੀਆ ਸੁਚੱਜੇ ਢੰਗ ਨਾਲ ਸੇਵਾ ਕਰਨਗੇ ਅਤੇ ਜੋ ਸੰਗਤ ਵੱਲੋਂ ਇਹਨਾਂ ਨੂੰ ਸੇਵਾ ਲਾਈ ਗਈ ਹੈ, ਜਥੇਬੰਦੀਆਂ ਵੱਲੋਂ ਲਾਈ ਗਈ ਹੈ, ਉਹਨਾਂ ਦੀ ਸਾਰੀ ਜੋ ਖੰਡ ਪਾਠ ਦੀ ਸੇਵਾ ਬੜੇ ਚੰਗੇ ਢੰਗ ਨਾਲ ਕਰਨਗੇ ਜੀ। ਪਿੰਡ ਦੀ ਸਮੂਹ ਸੰਗਤ ਅਤੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਦੁਬਾਰਾ ਤੋਂ ਪਿੰਡ 'ਚ 23 ਜਨਵਰੀ ਨੂੰ ਗੁਰਦੁਆਰਾ ਸਾਹਿਬ 'ਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਜਿਸ ਦਾ ਭੋਗ 25 ਜਨਵਰੀ ਨੂੰ ਪਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਆਪਣੇ ਪਿੰਡ ਚੱਕ ਪੰਜੇਕੇ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਅਖੰਡ ਪਾਠ ਕਰਵਾਇਆ ਸੀਗਾ ਜੀ, ਅਤੇ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਨੇ, ਅਸੀਂ ਅਖੰਡ ਪਾਠ ਦੇ ਦੌਰਾਨ ਕੁਝ ਗਲਤੀਆਂ ਕੀਤੀਆਂ ਨੇ ਜੀ, ਅਤੇ ਸਾਨੂੰ ਜੋ ਵੀ ਸੇਵਾ ਸਾਡੇ ਕੋਲ ਗਲਤੀ ਹੋਈ ਉਹਦੇ ਵਾਸਤੇ ਮਾਫ਼ੀ ਮੰਗਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਅਤੇ ਜੋ ਵੀ ਸਾਨੂੰ ਸੰਗਤ ਸਜ਼ਾ ਦੀ ਸੇਵਾ ਦੀ ਸਜ਼ਾ ਦੇਵੇਗੀ ਸਾਡੇ ਖਿੜੇ ਮੱਥੇ ਸਵੀਕਾਰ ਅਸੀਂ ਕਰਾਂਗੇ ਜੀ। ਗੁਰੂ ਰੂਪ ਪਿਆਰੀ ਸਰਬੱਤ ਸੰਗਤ ਜੀਓ, ਜੋ ਕਿ ਹਰ ਸਾਲ ਦੀ ਤਰ੍ਹਾਂ ਮਾਘੀ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਕਿ ਇਸ ਵਾਰ ਵੀ ਸ਼੍ਰੀ ਅਖੰਡ ਪਾਠ ਆਰੰਭ ਹੋਏ ਸਨ, ਜੋ ਕਿ ਹਰ ਸਾਲ ਸੇਵਾ ਬੱਚੇ ਬਹੁਤ ਸ਼ਰਧਾ ਭਾਵਨਾ ਨਾਲ ਕਰਦੇ ਹਨ, ਅਤੇ ਜੋ ਸ਼੍ਰੀ ਅਖੰਡ ਪਾਠ ਚੱਲ ਰਿਹਾ ਸੀ, ਗ੍ਰੰਥੀ ਸਿੰਘ ਡਿਊਟੀ 'ਤੇ ਬੈਠ ਰਿਹਾ ਸੀ ਅਤੇ ਬੱਚਿਆਂ ਕੋਲੋਂ ਇਹ ਬੜੀ ਵੱਡੀ ਭੁੱਲ ਹੋ ਗਈ ਹੈ, ਉਹ ਆਪਣੀ ਗਲਤੀ ਨੂੰ ਅਹਿਸਾਸ ਕਰਦੇ ਹਨ ਅਤੇ ਅੱਗੇ ਤੋਂ ਮਾਫ਼ੀ ਮੰਗਦੇ ਹਨ ਵੀ ਇਹ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਹੋਵੇਗੀ। ਅਤੇ ਇੱਥੇ ਸਾਰੇ ਜਥੇ ਦਬਦਾਈਆਂ ਪਹੁੰਚੀਆਂ ਹਨ, ਦਮਦਮਾ ਸਾਹਿਬ ਤੋਂ ਸਿੰਘ ਪਹੁੰਚੇ ਹਨ, ਸ਼੍ਰੋਮਣੀ ਅਦਾਲਤ ਵੱਲੋਂ ਕਮੇਟੀ ਵੱਲੋਂ ਜਥੇਦਾਰ ਪਹੁੰਚੇ ਹਨ, ਸਰਦਾਰ ਸੁਰਜੀਤ ਸਿੰਘ ਜੀ ਪਹੁੰਚੇ ਹੈ, ਸਰਦਾਰ ਸੁਖਵਿੰਦਰ ਸਿੰਘ ਜੀ ਪਹੁੰਚੇ ਹਨ, ਹੋਰ ਵੀ ਜਥੇਦਾਰੀਆਂ ਆਈਆਂ ਹਨ। ਅਤੇ ਅੱਗੇ ਵਾਸਤੇ ਇਹ ਬੱਚੇ ਕਦੇ ਗਲਤੀ ਨਹੀਂ ਕਰਨਗੇ, ਇਹ ਆਪਣੀ ਗਲਤੀ ਮੰਨਦੇ ਹਨ ਅਤੇ ਸਾਰੀਆਂ ਹੀ ਜਥੇਬੰਦੀਆਂ ਇਹਨਾਂ ਬੱਚਿਆਂ ਨੂੰ ਮਾਫ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਜਲਾਲਾਬਾਦ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ।